एक कहा गया भी पन्नू पंधेर दीप सिद्धू ते लखे सधाणे का समाजिक बाइकाट का सद्दा दिता। साडी जथेबंदी इस सद्दे नाल सहमत ने, इहनू गलत समझदे है क्योंकि किसी भी जथेबंदी नाल किसी भी धिर नाल साडे कोई विचारधारक सिधांतक सियासी वखरेवे हो सकते हैं। किसी दीआं कारवाइयां नाल साडे असहमति हो सकती है, किसी दीआं कारवाइयां सानूं गलत लग सकदियां ने, किसी दीआं कारवाइयां बारे साडा विचार ये हो सकता भी इहदे नाल आपां नूं किसान मोर्चे नूं नुकसान पहुँच रहा जां नुकसान पहुँचिआ, पर किसी की कार्रवाई के नाल असहमति के आधार पर जां किसी नाल विचारधारक वखरेवे के आधार पर किसी संगठन नूं किसी जथेबंदी नूं किसी संगठन के आगू का समाजिक बाइकाट का सद्दा देना यह बिल्कुल गलत है। हाँ जी दोस्तों, सत श्री अकाल। पंजाबी संगत ते पंजाब दीआं दो तीन वड्डीआं अपडेट्स लैके तुहाडे सामने हाजिर होए हाँ। दोस्तों, किसान अंदोलन विच लगातार उतराव चढ़ाव भी जरूर आए, पर किते ना किते आपसी मतभेद ते वखरेवे सोशल मीडिया ते नज़र भी आ रहे हैं। इकली इकली गल सच ते तथ ते समझावांगे ते उम्मीद करदे हां कि तुसीं वीडियो दे अखीर तक बने रहोगे। सब तो पहला दोस्तों इत्थे दीप सिद्धू बारे गल जरूर करना चाहुंदे हां, जो कि 7 दिनां दी पुलिस रिमांड ते ने ते 2 दिन रह चुके हैं ते उस तो बाद उन्हां दी फिर अदालत विच पेशी होवेगी। कल दोस्तों दिल्ली दी पुलिस दीप सिद्धू नूं लाल किले विच लैके गई ਤਾਂ ਜੋ 26 ਤਰੀਕ ਨੂੰ ਜੋ ਜੋ ਹੋਇਆ ਉਸ ਸੀਨ ਨੂੰ ਰੀਕ੍ਰੀਏਟ ਕੀਤਾ ਜਾਵੇ ਤੇ ਲਾਲ ਕਿਲੇ ਤੋਂ ਬਾਅਦ ਫਿਰ ਉਸ ਨੂੰ ਉਸੇ ਹੀ ਸਪੈਸ਼ਲ ਸੈੱਲ ਵਿੱਚ ਰੱਖਿਆ ਗਿਆ ਪੁਲਿਸ ਵੱਲੋਂ, ਜਿਸ ਵਿੱਚ ਕਿ ਉਹ ਪਹਿਲਾਂ ਸੀ ਤੇ ਪੁੱਛ ਪੜਤਾਲ ਦੀਪ ਸਿੱਧੂ ਤੋਂ ਹਲੇ ਵੀ ਜਾਰੀ ਹੈ। ਤੇ ਦੋਸਤੋ, ਇੱਥੇ ਹੁਣ ਕਿਸਾਨ ਜਥੇਬੰਦੀਆਂ ਦੀ ਗੱਲ ਕਰ ਲਈਏ। 31 ਜਥੇਬੰਦੀਆਂ ਤੇ 40 ਕਿਸਾਨ ਯੂਨੀਅਨਾਂ ਵਿੱਚ ਵੀ ਆਪਸੀ ਮਤਭੇਦ ਥੋੜੇ ਜਿਹੇ ਲੱਗ ਰਹੇ ਹਨ, ਵੈਸੇ ਅੰਦੋਲਨ ਕਰਕੇ ਨਹੀਂ ਸਿਰਫ ਦੀਪ ਸਿੱਧੂ ਕਰਕੇ, ਕਿਉਂਕਿ ਦੋਸਤੋ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਕੁ ਕਿਸਾਨ ਆਗੂਆਂ ਨੇ ਇਹ ਕਹਿ ਦਿੱਤਾ ਸੀ ਕਿ ਅਸੀਂ ਤਾਂ ਇਸ ਨੂੰ ਪਹਿਲਾਂ ਹੀ ਆਪਣਾ ਬੰਦਾ ਨਹੀਂ ਸੀ ਮੰਨਦੇ, ਸੋ ਇਹਨਾਂ ਦੀ ਰਿਹਾਈ ਨੂੰ ਲੈ ਕੇ ਕੁਝ ਕੁ ਕਿਸਾਨ ਆਗੂਆਂ ਨੇ ਕੁਝ ਨਹੀਂ ਕੀਤਾ, ਪਰ ਕੁਝ ਕੁ ਕਿਸਾਨ ਆਗੂ ਅਜਿਹੇ ਹਨ ਜੋ ਦੀਪ ਸਿੱਧੂ ਤੇ ਲੱਖਾਂ ਸਧਾਰਨਾਂ ਦੀ ਸਪੋਰਟ ਕਰ ਰਹੇ ਹਨ। ਜੀ ਹਾਂ, ਕੁਝ ਕੁ ਕਿਸਾਨ ਯੂਨੀਅਨਾਂ ਤੇ ਕਿਸਾਨ ਆਗੂ ਦੂਜੇ ਕਿਸਾਨ ਆਗੂ ਨੂੰ ਕਹਿ ਰਹੇ ਹਨ ਕਿ ਤੁਹਾਨੂੰ ਦੀਪ ਸਿੱਧੂ ਬਾਰੇ ਅਜਿਹੇ ਬਿਆਨ ਨਹੀਂ ਸੀ ਦੇਣੇ ਚਾਹੀਦੇ। ਦੀਪ ਸਿੱਧੂ ਤੇ ਲੱਖਾਂ ਸਧਾਰਨਾਂ ਦੋਨਾਂ ਦਾ ਅਹਿਮ ਰੋਲ ਰਿਹਾ ਹੈ ਇਸ ਕਿਸਾਨ ਅੰਦੋਲਨ ਵਿੱਚ, ਤੇ ਜਿਹੜੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਦੀਪ ਸਿੱਧੂ ਤੇ ਲੱਖਾਂ ਸਧਾਰਨਾਂ ਦਾ ਬਾਈਕਾਟ ਕਰਦੇ ਹਾਂ ਤੇ ਦੂਜਾ ਤੱਕ ਕਿਸਾਨ ਆਗੂਆਂ ਦਾ ਉਹਨਾਂ ਨਾਲ ਅਸਹਿਮਤ ਜਾਪਿਆ। ਤੇ ਇੱਥੇ ਦੋਸਤੋ ਕਹਿ ਦਈਏ, ਕਿਸਾਨ ਅੰਦੋਲਨ ਦਾ ਪੂਰਾ ਇਕਜੁੱਟ ਹੈ, ਪਰ ਦੀਪ ਸਿੱਧੂ ਤੇ ਲੱਖਾਂ ਸਧਾਰਨਾਂ ਨੂੰ ਲੈ ਕੇ ਕਿਸਾਨ ਆਗੂ ਤੇ ਕਿਸਾਨ ਯੂਨੀਅਨਾਂ ਵੀ ਦੋ ਹਿੱਸਿਆਂ ਵਿੱਚ ਵੰਡ ਗਈਆਂ ਹਨ, ਇੱਕ ਤਾਂ ਜੋ ਦੀਪ ਸਿੱਧੂ ਨੂੰ ਸਪੋਰਟ ਕਰਦੀਆਂ ਨੇ ਤੇ ਦੂਜੀਆਂ ਜਿਹੜੀਆਂ ਦੀਪ ਸਿੱਧੂ ਦਾ ਬਾਈਕਾਟ ਕਰ ਰਹੀਆਂ ਹਨ। ਦੋਸਤੋ, ਇੱਥੇ ਅਸੀਂ ਤੁਹਾਡੀ ਰਾਏ ਜ਼ਰੂਰ ਜਾਣਨਾ ਚਾਹੁੰਦੇ ਹਾਂ ਕਿ ਲੱਖਾਂ ਸਧਾਰਨਾਂ ਤੇ ਦੀਪ ਸਿੱਧੂ ਨਾਲ ਅਜਿਹਾ ਵਿਤਕਰਾ ਕਿੱਥੋਂ ਤੱਕ ਜਾਇਜ਼ ਹੈ, ਜਦਕਿ ਉਹਨਾਂ ਨਾਲ ਨੌਜਵਾਨ ਵਰਗ ਜੁੜਿਆ ਹੋਇਆ ਹੈ ਤੇ ਬਹੁਤ ਸਾਰੇ ਇਮੋਸ਼ਨਲੀ ਅਟੈਚ ਵੀ ਹਨ ਲੋਕ ਉਹਨਾਂ ਨਾਲ। ਜੇ ਇਹਨਾਂ ਨਾਲ ਇਦਾਂ ਕੀਤਾ ਗਿਆ ਤਾਂ ਬਹੁਤ ਸਾਰੇ ਲੋਕਾਂ ਦਾ ਤੇ ਨੌਜਵਾਨਾਂ ਦਾ ਦਿਲ ਜ਼ਰੂਰ ਟੁੱਟੇਗਾ ਕਿ ਇਦਾਂ ਕਿਉਂ ਕੀਤਾ ਕਿਸਾਨ ਆਗੂਆਂ ਨੇ। ਤੇ ਦੋਸਤੋ, ਇਹ ਦੀਪ ਸਿੱਧੂ ਦੇ ਕਰੀਬੀ ਦੋਸਤ ਸਨੀ ਦਿਓਰ, ਉਸ ਬਾਰੇ ਗੱਲ ਕਰ ਲਈਏ। ਵੈਸੇ ਉਹ ਹੁਣ ਦੋਸਤ ਨਹੀਂ ਰਹੇ, ਕਿਸਾਨ ਅੰਦੋਲਨ ਦੇ ਚੱਲਦਿਆਂ ਇਹਨਾਂ ਵਿੱਚ ਕਾਫੀ ਆਪਸੀ ਮਤਭੇਦ ਵੱਧ ਚੁੱਕੇ ਹਨ। ਤੇ ਦੋਸਤੋ, ਜਿੱਦਣ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਤੋਂ ਇੱਕ ਦਿਨ ਬਾਅਦ ਇੱਕ ਬਾਲੀਵੁੱਡ ਦੇ ਸਟਾਰ ਦੀ ਡੈਥ ਹੋਈ ਸੀ, ਤੇ ਜਿਸ ਬਾਰੇ ਸਨੀ ਦਿਓਰ ਨੇ ਟਵੀਟ ਕਰਦੇ ਹੋਏ ਉਸ ਸੈਲੀਬ੍ਰਿਟੀ ਦੀ ਗੱਲ ਕੀਤੀ ਸੀ, ਤੇ ਹੇਠਾਂ ਟਵੀਟਾਂ ਵਿੱਚ ਦੀਪ ਸਿੱਧੂ ਦੀ ਗ੍ਰਿਫਤਾਰੀ, ਦੀਪ ਸਿੱਧੂ ਦੀ ਦੋਸਤੀ ਬਾਰੇ ਸਨੀ ਦਿਓਰ ਨੂੰ ਕਾਫੀ ਰੀਟਵੀਟ ਆ ਰਹੇ ਸਨ, ਤੇ ਜਿਸ ਦੇ ਚੱਲਦਿਆਂ ਉਸਨੇ ਰੀਟਵੀਟ ਤੱਕ ਆਫ ਕਰ ਦਿੱਤੇ। ਦੋਸਤੋ, ਦੱਸ ਦਈਏ ਕਿ ਸਨੀ ਦਿਓਰ ਪਹਿਲਾਂ ਵੀ ਆਪਣੇ ਇੰਸਟਾਗ੍ਰਾਮ ਤੇ ਫੇਸਬੁੱਕ ਅਕਾਊਂਟ ਤੋਂ ਕਮੈਂਟ ਆਫ ਕਰ ਚੁੱਕਾ ਹੈ ਕਿਉਂਕਿ ਬਹੁਤ ਸਾਰੇ ਕਮੈਂਟ ਉਸਦੇ ਲਗਭਗ ਖਿਲਾਫ ਹੀ ਹੁੰਦੇ ਸਨ, ਤੇ ਇਸ ਤੋਂ ਬਾਅਦ ਇਸ ਰੀਟਵੀਟ ਨੇ ਵੀ ਕਾਫੀ ਚਰਚਾ ਛੇੜ ਦਿੱਤੀ ਕਿ ਤੁਸੀਂ ਦੀਪ ਸਿੱਧੂ ਦੀ ਗ੍ਰਿਫਤਾਰੀ ਤੇ ਕੀ ਕਰੋਗੇ। ਸਨੀ ਦਿਓਰ ਨੂੰ ਅਜਿਹੇ ਅਜਿਹੇ ਸਵਾਲ ਪੁੱਛੇ ਗਏ ਸਨ, ਪਰ ਫਿਲਹਾਲ ਸਾਰੇ ਰੀਟਵੀਟ ਸਨੀ ਦਿਓਰ ਵੱਲੋਂ ਹਾਈਡ ਕੀਤੇ ਗਏ ਹਨ, ਇੱਕ ਤਰ੍ਹਾਂ ਨਾਲ ਉਹ ਦੀਪ ਸਿੱਧੂ ਤੋਂ ਬਚ ਰਹੇ ਹਨ। ਵੈਸੇ ਦੋਸਤੋ, ਸਨੀ ਦਿਓਰ 2 ਵਾਰੀ ਦੀਪ ਸਿੱਧੂ ਬਾਰੇ ਬਿਆਨ ਦੇ ਚੁੱਕਾ ਹੈ ਕਿ ਮੇਰਾ ਇਸ ਨਾਲ ਕੋਈ ਵਾਹ ਵਾਸਤਾ ਨਹੀਂ, ਤੇ ਦੀਪ ਸਿੱਧੂ ਨੇ ਵੀ ਆਪਣੀ ਇੱਕ ਲਾਈਵ ਵੀਡੀਓ ਵਿੱਚ ਕਹਿ ਦਿੱਤਾ ਸੀ ਕਿ ਮੈਂ ਅੱਜ ਤੱਕ ਕਦੇ ਨਹੀਂ ਕਿਹਾ ਕਿ ਸਨੀ ਦਿਓਰ ਗਲਤ ਹੈ, ਪਰ ਮੈਂ ਹੁਣ ਕਹਿ ਰਿਹਾ ਕਿ ਸਨੀ ਦਿਓਰ ਗਲਤ ਹੈ। ਬਾਕੀ ਦੋਸਤੋ, ਸੱਚ ਕੀ ਹੈ, ਝੂਠ ਕੀ ਹੈ, ਆਉਣ ਵਾਲੇ ਸਮੇਂ ਵਿੱਚ ਸਾਰਾ ਅੰਦਾਜ਼ਾ ਲੱਗ ਹੀ ਜਾਣਾ ਹੈ, ਪਰ ਦੀਪ ਸਿੱਧੂ ਤੇ ਲੱਖਾਂ ਸਧਾਰਨਾਂ ਨੂੰ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂਆਂ ਦੀ ਸਪੋਰਟ ਦੀ ਬਹੁਤ ਲੋੜ ਹੈ, ਅਜਿਹਾ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈ। ਜੇ ਕਿਸਾਨ ਆਗੂ 120 ਜਣਿਆਂ ਦੀ ਰਿਹਾਈ ਕਰਵਾ ਸਕਦੇ ਹਨ ਤਾਂ ਦੀਪ ਸਿੱਧੂ ਦੀ ਰਿਹਾਈ ਦੀ ਵੀ ਮੰਗ ਕੀਤੀ ਜਾਣੀ ਚਾਹੀਦੀ ਹੈ, ਤੇ ਲੱਖਾਂ ਸਧਾਰਨਾਂ ਨੂੰ ਵੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਤੇ ਦੋਸਤੋ, ਕਿਸਾਨ ਅੰਦੋਲਨ ਨਾਲ ਜੁੜੀ ਇੱਕ ਹੋਰ ਖਬਰ ਦੱਸ ਦਈਏ ਕਿ ਗਾਜ਼ੀਪੁਰ ਬਾਰਡਰ ਜਿੱਥੇ ਕਿ ਰਕੇਸ਼ ਟਕੈਦੀ ਦੇ ਪੱਕੇ ਡੇਰੇ ਹਨ, ਉੱਥੇ ਮਹਾਤਮਾ ਗਾਂਧੀ ਜੀ ਦੀ ਪੋਤੀ ਵੀ ਪਹੁੰਚੀ। ਕਹਿਣ ਦਾ ਮਤਲਬ ਦੋਸਤੋ, ਜੋ ਲੋਕ ਇਸ ਨੂੰ ਅੰਦੋਲਨ ਜੀ ਵੀ ਕਹਿ ਰਹੇ ਸਨ, ਕਿਸਾਨ ਅੰਦੋਲਨ ਨੂੰ ਗਲਤ ਕਹਿ ਰਹੇ ਸਨ, ਉਹਨਾਂ ਦੇ ਮੂੰਹ ਤੇ ਇੱਕ ਕਰਾਰਾ ਜਵਾਬ ਹੈ ਕਿ ਅੰਦੋਲਨ ਜੀ ਵੀ ਗਾਂਧੀ ਜੀ ਦੀ ਪੋਤੀ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੈ। ਹੁਣ ਦੱਸੋ ਤੁਸੀਂ ਕਿਸ ਨੂੰ ਗਲਤ ਕਹੋਗੇ, ਕਿਸ ਨੂੰ ਸਹੀ। ਤੇ ਦੋਸਤੋ, ਹਾਲੀਵੁੱਡ ਦੇ ਸੈਲੀਬ੍ਰਿਟੀ ਪੂਰੀ ਫੁੱਲ ਸਪੋਰਟ ਕਰ ਰਹੇ ਹਨ ਇਸ ਕਿਸਾਨ ਅੰਦੋਲਨ ਨੂੰ। ਰਿਹਾਨਾ ਦੇ ਟਵੀਟ ਤੋਂ ਬਾਅਦ ਜਿਵੇਂ ਹੀ ਹਲਚਲ ਹੋਈ ਸੀ, ਬਾਲੀਵੁੱਡ ਵਾਲਿਆਂ ਦੇ ਅਸਲੀ ਚਿਹਰੇ ਵੀ ਸਾਹਮਣੇ ਆ ਗਏ ਸਨ। ਤੇ ਦੋਸਤੋ, ਇੱਕ ਹਾਲੀਵੁੱਡ ਦੀ ਸੈਲੀਬ੍ਰਿਟੀ ਅਮੈਂਡਾ ਜੋ ਕਿ ਲਗਾਤਾਰ ਕਿਸਾਨਾਂ ਦੀ ਸਪੋਰਟ ਵਿੱਚ ਟਵੀਟ ਕਰ ਰਹੀ ਹੈ, ਤੇ ਇਹਨਾਂ ਦਾ ਹੀ ਧੰਨਵਾਦ ਕਰਨ ਲਈ ਕਿਸਾਨ ਅੰਦੋਲਨ ਵਿੱਚ ਇਹਨਾਂ ਦੇ ਪੋਸਟਰ ਲਗਾਏ ਸਨ, ਤੇ ਜਿਨ੍ਹਾਂ ਦੀ ਪਿਕ ਨੂੰ ਅਮੈਂਡਾ ਨੇ ਖੁਦ ਸ਼ੇਅਰ ਕਰਦੇ ਹੋਏ ਕਿਸਾਨਾਂ ਦਾ ਮੁੜ ਤੋਂ ਧੰਨਵਾਦ ਕੀਤਾ। ਬਾਕੀ ਦੋਸਤੋ, ਇੱਕ ਪਾਸੇ ਨੇ ਹਾਲੀਵੁੱਡ ਵਾਲੇ ਜਿਨ੍ਹਾਂ ਦਾ ਕਿਸਾਨ ਅੰਦੋਲਨ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਫਿਰ ਵੀ ਸਾਡੀ ਸਪੋਰਟ ਕਰਦੇ ਹਨ ਇਨਸਾਨੀਅਤ ਦੇ ਤੌਰ ਤੇ, ਤੇ ਇੱਕ ਪਾਸੇ ਨੇ ਬਾਲੀਵੁੱਡ ਵਾਲੇ ਤੇ ਕੁਝ ਕੁ
ਪੰਜਾਬੀ ਸਟਾਰੇ ਜਿਵੇਂ ਕਿ ਸ਼ਹਿਨਾਜ ਗਿੱਲ ਤੇ ਹੋਰ ਇੱਕ ਦੋ ਜੋ ਪੰਜਾਬ ਵਿੱਚੋਂ ਹੀ ਬਾਲੀਵੁੱਡ ਤੱਕ ਤੇ ਹੋਰ ਕਈ ਥਾਵਾਂ ਤੱਕ ਪਹੁੰਚੇ ਹਨ ਪਰ ਫਿਲਹਾਲ ਹਲੇ ਤੱਕ ਕਿਸਾਨਾਂ ਬਾਰੇ ਇੱਕ ਵੀ ਸ਼ਬਦ ਨਹੀਂ ਬੋਲੇ। ਦੋਸਤੋ ਪਾਇਲ ਰੋਹਤਗੀ ਜੋ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੁਝ ਵੀ ਕਰ ਸਕਦੀ ਹੈ, ਗ੍ਰੀਟਾ ਜੋ ਕਿ ਹਾਲੀਵੁੱਡ 'ਚ ਸਪੋਰਟ ਮਿਲੀ ਸੀ ਕਿਸਾਨ ਅੰਦੋਲਨ ਬਾਰੇ, ਇਹ ਹੁਣ ਉਸ ਨੂੰ ਵੀ ਗਲਤ ਸੇਧ ਦੇ ਰਹੀ ਹੈ। ਨਮਸਤੇ, ਮੈਂ ਹਾਂ ਗ੍ਰੇਟਾ ਥਨਬਰਗ। ਅਭੀ ਆਪਕੋ ਤੋ ਪਤਾ ਚਲ ਗਿਆ ਹੋਗਾ ਨਾ ਕਿ ਮੈਂ ਕਿਤਨੀ ਬੜੀ ਡਫੋਟ ਹੂੰ। ਜੀ ਹਾਂ, ਮੈਂ ਉਨ ਭਾਰਤੀਯ ਕਿਸਾਨੋਂ ਕੇ ਸਾਥ ਖੜੀ ਹੂੰ ਜੋ ਭਾਰਤੀਯ ਕਿਸਾਨ ਆਬਵੀਅਸਲੀ ਗਣਤੰਤਰ ਦਿਵਸ ਪਰ ਲਾਲ ਕਿਲੇ ਪਰ ਝੰਡਾ ਲਹਿਰਾਤੇ ਹੈ ਨੈਕਸਟ ਟੂ ਇੰਡੀਆਸ ਨੈਸ਼ਨਲ ਫਲੈਗ ਔਰ ਕਹਤੇ ਹੈ ਕਿ ਉਨਕੀ ਮਾਂਗ ਪੂਰੀ ਕੀ ਜਾਏ ਔਰ ਐਗਰੀਕਲਚਰ ਲਾਅ ਵਾਪਸ ਲੈ ਲਿਆ ਜਾਏ। ਪਰ ਪਤਾ ਹੈ ਕਿਆ, ਮੁਝੇ ਇਤਨਾ ਵੀ ਨਹੀਂ ਪਤਾ ਕਿ ਉਹ ਸੇਮ ਐਗਰੀਕਲਚਰ ਲਾਅ ਮੇਰੇ ਦੇਸ਼ ਸਵੀਡਨ ਕੇ ਅੰਦਰ ਲਾਗੂ ਹੈ, ਕਿਉਂਕਿ ਮੈਂ ਪੜ੍ਹੀ ਲਿਖੀ ਥੋੜਾ ਹੂੰ। ਮੈਂ ਤੋ ਬਚਪਨ ਸੇ ਹੀ ਲੈਫਟਿਸਟ ਕੀ ਪੋਸਟਰ ਗਰਲ ਬਣ ਗਈ ਤੋ ਪੜ੍ਹਾਈ ਲਿਖਾਈ ਛੋੜ ਕਰ ਸਿਰਫ ਯਹੀ ਕਹਿਣੇ ਲੱਗੀ ਹਾਊ ਡੇਅਰ ਯੂ, ਹਾਊ ਡੇਅਰ ਯੂ ਔਰ ਹਾਊ ਡੇਅਰ ਯੂ, ਔਰ ਸਾਰੇ ਟੌਪ ਲੀਡਰਸ ਮੁਝੇ ਭਾਵ ਦੇਣੇ ਲੱਗੇ ਤੋ ਮੁਝੇ ਲਗਾ ਕਿ ਹਾਂ, ਆਈ ਹੈਵ ਅਰਾਈਵਡ। ਨਾ ਮੈਂ ਪੜ੍ਹਨਾ ਜਾਣਦੀ ਹੂੰ, ਨਾ ਮੈਂ ਸਕੂਲ ਗਈ ਹੂੰ, ਨਾ ਮੈਂ ਸਮਝਨੇ ਕਾ ਪ੍ਰਯਾਸ ਕਰਤੀ ਹੂੰ। ਮੈਂ ਤੋ ਚੀਜ਼ ਵੀ ਪਲਾਸਟਿਕ ਸੇ ਖਾਤੀ ਹੂੰ ਔਰ ਆਪਣੇ ਆਪ ਕੋ ਇਨਵਾਇਰਮੈਂਟਲ ਐਕਟਿਵਿਸਟ ਕਹਿ ਕੇ ਪ੍ਰਮੋਟ ਕਰਤੀ ਹੂੰ, ਕਿਉਂਕਿ ਯੇ ਮੈਨੇ ਨਹੀਂ ਕੀਆ, ਯੇ ਲੈਫਟਿਸਟ ਗੈਂਗ ਨੇ ਕੀਆ ਹੈ। ਯੇ ਪੂਰਾ ਜੋ ਕੌਮ ਹੈ ਜੋ ਆਬਵੀਅਸਲੀ ਨੈਸ਼ਨਲਿਸਟ ਕੇ ਖਿਲਾਫ ਆਵਾਜ਼ ਉਠਾਤਾ ਹੈ, ਦੇਸ਼ ਹਿੱਤ ਕੇ ਖਿਲਾਫ ਆਵਾਜ਼ ਉਠਾਤਾ ਹੈ, ਵੋ ਪੂਰਾ ਕੌਮ ਮੇਰੇ ਕੋ ਸਪੋਰਟ ਕਰ ਰਹਾ ਹੈ। ਤੋ ਮੈਂ ਹੂੰ ਗ੍ਰੇਟਾ ਥਨਬਰਗ। ਰਿਹਾਨਾ, ਦਲਜੀਤ ਸਿੱਧੂ ਤੇ ਹੋਰ ਵੀ ਲੋਕ ਜਿਹੜੇ ਇਸ ਕਿਸਾਨ ਅੰਦੋਲਨ ਦੀ ਸਪੋਰਟ ਕਰਦੇ ਹਨ, ਇਹ ਉਹਨਾਂ ਨੂੰ ਵੀਡੀਓ ਬਣਾ ਕੇ ਜਵਾਬ ਦਿੰਦੀ ਹੈ। ਪਾਇਲ ਦੀ ਨਿਗਾਹ ਵਿੱਚ ਖੁਦ ਕੰਗਣਾ ਤੇ ਨਰਿੰਦਰ ਮੋਦੀ ਜੀ, ਇਹ ਤਿੰਨ ਲੋਕ ਸਹੀ ਹਨ, ਬਾਕੀ ਉਹਨਾਂ ਦਾ ਨਾ ਬਿੱਲ ਸਮਝ ਆਉਂਦਾ, ਨਾ ਪਾਲਿਸੀ ਤੇ ਨਾ ਹੀ ਕੁਝ ਹੋਰ। ਤੇ ਦੋਸਤੋ, ਇਸ ਦਾ ਮਤਲਬ ਮੇਨ ਇਹੀ ਮੁੱਦਾ ਹੈ ਕਿ ਇਹ ਬਿੱਲ ਲਾਗੂ ਰਹਿਣ, ਅਵਾਨੀ ਉਡਾਨੀਆਂ ਨੂੰ ਫਾਇਦਾ ਹੋਵੇ, ਕਿਸਾਨਾਂ ਦੇ ਪਹਿਲਾਂ ਦੇ ਹੀ ਹਾਲਾਤ ਹੋਣ। ਤੇ ਦੋਸਤੋ, ਇੱਥੇ ਹੁਣ ਇੱਕ ਵੀਡੀਓ ਦਿਖਾਉਣਾ ਚਾਹੁੰਦੇ ਹਾਂ ਬੀਜੇਪੀ ਦੇ ਨੇਤਾ ਦੀ, ਜੋ ਕਿ ਕਿਸਾਨ ਅੰਦੋਲਨ ਬਾਰੇ ਅਜਿਹੀ ਭੱਦੀ ਸ਼ਬਦਾਵਲੀ ਵਰਤ ਰਿਹਾ ਹੈ। ਯੇ ਘਰ ਮੇ ਹੋਤੇ ਤੋ ਮਰਤੇ ਯਾ ਨਹੀਂ ਮਰੇ ਕਿਆ? ਨਾ ਨਾ, ਮੇਰੀ ਬਾਤ ਸੁਣ ਲੋ, ਆਪਕੇ ਆਪ ਇਹ ਲੱਖ ਦੋ ਲੱਖ ਮੇ ਸੇ 206 ਮਹੀਨੇ ਨਹੀਂ ਮਰਤੇ ਕਿਆ? ਆਪ ਆਪ ਇੱਕ ਯੇ ਐਵੇਂ ਹੀ ਮਰ ਗਏ? ਮਤਲਬ ਮੇਰੀ ਬਾਤ, ਹਾਂ, ਕੋਈ ਹਾਰਟ ਅਟੈਕ ਹੋ ਕੇ ਮਰ ਰਿਹਾ ਹੈ, ਕੋਈ ਬੁਖਾਰ ਹੋ ਕੇ ਮਰ ਰਿਹਾ? ਅੰਦੋਲਨ ਮੇ ਮਰਨੇ ਵਾਲੇ, ਅੰਦੋਲਨ ਕਾ ਆਪਕੋ ਬਤਾਓ, ਅੰਦੋਲਨ ਮੇ ਅੰਦੋਲਨ ਕੇ ਦੌਰਾਨ ਵਹਾਂ ਬੈਠੇ ਜੋ ਕਿਸਾਨ ਮਰੇ ਉਸਮੇ ਤੋ ਸੁਣ ਤੋ ਲੋ ਯਾਰ, ਮੁਝੇ ਇੱਕ ਚੀਜ਼ ਬਤਾ ਦੋ ਕਿ ਹਿੰਦੁਸਤਾਨ ਕੇ ਐਵਰੇਜ ਕਿਤਨੀ ਹੈ ਔਰ ਸਾਲ ਕੇ ਕਿਤਨੇ ਮਰਤੇ ਹੈ, ਉਸਰੇ ਸੋ ਮੈਂ ਮਰੇ ਤੇ ਜੋ ਸ਼ਹੀਦ ਹੋ ਚੁੱਕੇ ਕਿਸਾਨ ਹਨ ਉਹਨਾਂ ਦੀ ਕੋਈ ਪਰਵਾਹ ਨਹੀਂ ਇਸ ਪਾਰਟੀ ਨੂੰ। ਬਾਕੀ ਦੋਸਤੋ, ਆਪਣੇ ਕੋਲ ਦੋ ਮੌਕੇ ਜ਼ਰੂਰ ਆਉਣੇ ਹਨ, 2022 ਤੇ 2024, ਇਹਨਾਂ ਵਿੱਚ ਕੀ ਕਰਨਾ ਹੈ ਇਹ ਤਾਂ ਦੱਸਣ ਦੀ ਲੋੜ ਨਹੀਂ। ਵਿਕ ਗਿਆ ਮੀਡੀਆ ਤੇ ਵਿਕ ਗਏ ਨੇ ਸਟਾਰ, ਕਹਿੰਦੇ ਬੌਂਦਲੀ ਸਰਕਾਰ, ਜਦੋਂ ਰਾਤੋ ਰਾਤ ਬਾਹਰੋਂ ਟਵੀਟ ਪਏ ਚਾਰ, ਬੰਨ ਸਿਰ ਤੇ ਦਸਤਾਰ ਤੁਸੀਂ ਫਿਲਮਾਂ ਬਣਾਉਂਦੇ ਹੋ, ਝੂਠੇ ਬਣ ਕਿਰਦਾਰ ਕਰੋੜਾਂ ਕਮਾਉਂਦੇ ਹੋ, ਕ੍ਰਿਕਟ ਵਾਲੇ ਵੀ ਗਰਾਊਂਡ ਨਾਲੋਂ ਵੱਧ ਟਵਿੱਟਰ ਤੇ ਖੇਡ ਗਏ ਨੇ ਗੇਮ, ਇਹਨਾਂ ਸਾਰਿਆਂ ਲਈ ਬਸ ਇੱਕੋ ਚੀਜ਼ #shame। ਮੀਡੀਆ ਕੋਲੋਂ ਵਿਖਾ ਕੇ ਫੇਕ ਖਬਰਾਂ ਕਦੋਂ ਤੱਕ ਮੂੰਹ ਲਕਾਓਗੇ? ਪੂਰਾ ਦੇਸ਼ ਹੀ ਖਿਲਾਫ ਕਰੀ ਜਾਂਦੇ ਹੋ, ਅਰਥੀ ਨੂੰ ਮੋਢਾ ਕਿਹਦੇ ਕੋਲੋਂ ਲਵਾਓਗੇ? ਕਿਉਂ ਉਹਦੇ ਬਾਰੇ ਕੋਈ ਬੋਲਦਾ ਨਹੀਂ ਜਿਹਦਾ ਨਾਮ ਨੌਦੀਪ, ਜਿਹੜਾ ਜਿਹੜਾ ਬੋਲੇ ਝੂਠ ਰੱਬ ਕਰੇ ਉਹਦੀ ਕੱਟ ਜਾਵੇ ਜੀਭ? 24 ਸਾਲਾਂ ਦੀ ਨੂੰ ਕੀਤਾ ਜੇਲ੍ਹ ਵਿੱਚ ਬੰਦ, ਕਿਉਂ ਕਰਾਉਂਦੇ ਹੋ ਇੰਡੀਆ ਦੀ ਬੇਇੱਜ਼ਤੀ, ਭੇਜ ਬਾਹਰਲੀਆਂ ਕੁੜੀਆਂ ਨੂੰ ਗੰਧ। ਤੇ ਦੋਸਤੋ, ਜੇ ਤੁਸੀਂ ਵੀ ਆਪਣੀ ਕੋਈ ਵੀਡੀਓ ਜਾਂ ਨਿਊਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰਾਮ ਅਕਾਊਂਟ 'ਤੇ ਭੇਜ ਸਕਦੇ ਹੋ, ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।